ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਜੰਡੋਕੇ ਵਿਖੇ ਮੌਜੂਦ ਆ, ਜਿੱਥੇ ਨਹਿਰ ਦੇ ਵਿੱਚ ਪਾੜ ਪੈ ਗਿਆ। ਔਰ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ 250 ਏਕੜ ਦੇ ਕਰੀਬ ਫਸਲ ਜਿਹੜੀ ਹੈ ਝੋਨੇ ਦੀ ਲੱਗੀ ਹੋਈ ਤਬਾਹ ਹੋ ਗਈ ਹੈ। ਦੱਸ ਦਈਏ ਕਿ ਝੋਨੇ ਦੀ ਲੱਗੀ ਹੋਈ ਫਸਲ ਸਾਰੀ ਤਬਾਹ ਹੋ ਗਈ ਹੈ ਕਿ ਲੋਕਾਂ ਦੇ ਘਰਾਂ ਤੱਕ ਜਿਹੜਾ ਪਾਣੀ ਜਾ ਚੁੱਕਾ ਹੈ। ਔਰ ਇੱਥੇ ਲੋਕ ਜਿਹੜੇ ਨੇ ਵੱਡੀ ਗਿਣਤੀ ਵਿੱਚ ਮੌਜੂਦ ਨੇ, ਹਾਲਾਂਕਿ ਪ੍ਰਸ਼ਾਸਨ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਸੀ ਔਰ ਸਵੇਰ ਤੋਂ ਜਿਹੜਾ ਪਾੜ ਪਿਆ ਉਹਨਾਂ ਨਾਲ ਗੱਲਬਾਤ ਵੀ ਕਰ ਰਹੇ ਨੇ। ਪ੍ਰਸ਼ਾਸਨ ਨੂੰ ਮਤਲਬ ਕਿ ਫੋਨ ਕੀਤਾ ਤੇ ਪ੍ਰਸ਼ਾਸਨ ਨੇ ਆਉਂਦਿਆਂ ਆਉਂਦਿਆਂ ਨੂੰ ਵੇਖ ਲਓ ਵੀ ਪਾੜ ਜਿਹੜਾ ਵਾਧਾ 100 ਫੁੱਟ ਤੱਕ ਚੱਲ ਗਿਆ ਵਾ। ਪ੍ਰਸ਼ਾਸਨ ਨੇ ਗੇੜਾ ਮਾਰਿਆ ਵੇਖ ਕੇ, ਚਲੋ ਮਾੜਾ ਮੋਟ ਜੋ ਕੀਤਾ ਵੇਖ ਕੇ, ਆਂਦੇ ਨਹੀਂ ਹਾਲੇ ਸਾਡੇ ਤੋਂ ਰੋਕ ਨਹੀਂ ਆਉਣੀ, ਹੁਣ ਇਹਨਾਂ ਨੂੰ ਕੱਲ ਤੇ ਡਿਲੇ ਕਰਤਾ ਉਹਨਾਂ। ਖਾਦ ਖੂਦ ਵੀ ਪਾਤੀ ਜੋ ਯਾਨੀ ਕਿ ਖਤਮ ਹੀ ਹੋ ਗਿਆ ਸਮਝ ਲੋ। ਕੀ ਵੀਰ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਆਪਾਂ, ਔਰ ਤੁਸੀਂ ਲਗਾਤਾਰ ਸਵੇਰ ਦੇ ਇੱਥੇ ਪਹੁੰਚੇ ਹੋ? ਪ੍ਰਸ਼ਾਸਨ ਤੋਂ ਵੀਰ ਜੀ ਮੰਗ ਇਹੀ ਕਰਦੇ ਆ ਕਿ ਜੋ ਸਾਡਾ ਨੁਕਸਾਨ ਹੋਇਆ ਉਹਦੀ ਭਰਪਾਈ ਕੀਤੀ ਜਾਵੇ। ਮੰਨ ਲਓ ਕਿ ਅੱਜ ਤੋਂ 25 ਦਿਨ ਪਹਿਲਾਂ ਵੀ ਨਹਿਰ ਟੁੱਟੀ ਸੀ ਤੇ 4 ਦਿਨ ਯਾਨੀ ਕਿ ਹੋ ਗਏ ਇਹਨਾਂ ਨੂੰ, ਕੀ 4 ਦਿਨ ਉਹਨਾਂ ਨੇ ਪਹਿਲਾਂ ਵੀ 4 ਦਿਨ ਲਾਏ ਤੇ ਹੁਣ ਵੀ ਸਵੇਰ ਦੇ 8 ਵਜੇ ਦੇ ਇਹਨਾਂ ਨੂੰ ਕਹਿਣ ਕਿ ਸਵੇਰੇ ਜੇ ਮੌਕੇ ਤੇ ਪਹੁੰਚ ਜਾਂਦੇ ਤਾਂ ਹੋ ਸਕਦਾ ਕਿ ਅਸੀਂ ਵੀ ਨਾਲ ਲੱਗ ਕੇ ਉਹਨਾਂ ਨੂੰ ਆਪਣਾ ਫਿਰ ਡਿੱਗੀ ਆ ਜੀ। ਹੁਣ ਵੇਖੋ 5-5 6-6 ਫੁੱਟ ਦੀਆਂ ਜਿਹੜੀਆਂ ਕੱਟੀਆਂ ਢੰਗਾਂ ਡਿੱਗਣ ਦੀਆਂ ਜੀ। ਬਾਕੀ ਸਾਨੂੰ ਮਜਬੂਰਨ ਸੜਕ ਰੋਡ ਜਿਹੜਾ ਜਾਮ ਸਾਨੂੰ ਕਰਨਾ ਪਿਆ ਜੀ ਉੱਥੇ। ਹਾਂ ਆਪਣੇ ਜਿਹੜਾ ਪੱਟੀ ਤੋਂ ਜਿਹੜਾ ਤਰਨ ਤਾਰਨ ਰੋਡ ਆ ਉਹਨੂੰ ਮਜਬੂਰਨ ਸਵੇਰ ਦਾ ਜਾਮ ਕਰਨਾ ਪਿਆ। ਪ੍ਰਸ਼ਾਸਨ ਆਇਆ ਵਾ, ਬਸ ਮੜ ਕੇ ਜਿਸ ਤਰ੍ਹਾਂ ਗੂੰਗ ਨੂੰ ਮਿੱਟੀ ਹੀ ਝਾੜ ਕੇ ਚੜ ਗਏ ਬਸ ਗੱਡੀ। ਆ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਦੇਣੇ ਕਿ ਲਗਾਤਾਰ ਜਿਹੜੀਆਂ ਢਿੱਗਾਂ ਨੇ ਤੁਸੀਂ ਦੇਖ ਸਕਦੇ ਹੋ ਇਹ ਡਿੱਗਦੀਆਂ ਪਈਆਂ ਨੇ। ਹਾਲਾਂਕਿ ਬੜੀ ਮੁਸ਼ਕਲ ਦੇ ਨਾਲ ਹੁਣ ਵੀ ਬਚਾਅ ਹੋਇਆ ਔਰ ਢਿੱਗ ਜਿਹੜੀ ਹੈ ਇੱਥੇ ਡਿੱਗੀ ਹੈ ਤੇ ਉਹ ਪਾਣੀ ਜਿਹੜਾ ਤੁਸੀਂ ਤਸਵੀਰ ਦੇਖੋ ਲੋਕਾਂ ਦੇ ਘਰਾਂ 'ਚ ਪੈਲੀ 'ਚ 250 ਏਕੜ ਦੇ ਕਰੀਬ ਦੱਸਿਆ ਜਾ ਰਿਹਾ ਕਿ ਰਕਬਾ ਜਿਹੜਾ ਹੈ ਖਰਾਬ ਕਰ ਚੁੱਕਾ ਹੈ। ਫਿਲਹਾਲ ਪ੍ਰਸ਼ਾਸਨ ਦਾ ਵੀ ਦਾਅਵਾ ਹੈ ਕਿ ਜਿਹੜੇ ਪ੍ਰਬੰਧ ਨੇ ਕਰ ਦਿੱਤੇ ਗਏ ਨੇ ਔਰ ਨਹਿਰ ਬਣਾਈ ਜਾ ਰਹੀ ਹੈ ਔਰ ਕਿੰਨੇ ਕੁ ਸੱਚਾਈ ਹੈ। ਹਾਲਾਂਕਿ ਕਿਸਾਨਾਂ ਵੱਲੋਂ ਜਿਹੜਾ ਹੈ ਪੱਟੀ ਤੋਂ ਤਰਨ ਤਾਰਨ ਵਾਲਾ ਰਾਹ ਜਾਣ ਵਾਲਾ ਵੀ ਜਿਹੜਾ ਬੰਦ ਕਰ ਦਿੱਤਾ ਗਿਆ, ਉੱਥੇ ਧਰਨਾ ਲਗਾ ਦਿੱਤਾ ਗਿਆ ਔਰ ਉਹਨਾਂ ਦਾ ਕਹਿਣਾ ਓਨੀ ਦੇਰ ਤੱਕ ਧਰਨਾ ਜਾਰੀ ਰਹੇਗਾ ਜਿੰਨੀ ਦੇਰ ਤੱਕ ਇਹਦਾ ਹੱਲ ਨਹੀਂ ਹੁੰਦਾ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18। ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਜੰਡੋਕੇ ਵਿਖੇ ਮੌਜੂਦ ਆ, ਜਿੱਥੇ ਨਹਿਰ ਦੇ ਵਿੱਚ ਪਾੜ ਪੈ ਗਿਆ। ਔਰ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ 250 ਏਕੜ ਦੇ ਕਰੀਬ ਫਸਲ ਜਿਹੜੀ ਹੈ ਝੋਨੇ ਦੀ ਲੱਗੀ ਹੋਈ ਤਬਾਹ ਹੋ ਗਈ ਹੈ। ਦੱਸ ਦਈਏ ਕਿ ਝੋਨੇ ਦੀ ਲੱਗੀ ਹੋਈ ਫਸਲ ਸਾਰੀ ਤਬਾਹ ਹੋ ਗਈ ਹੈ ਕਿ ਲੋਕਾਂ ਦੇ ਘਰਾਂ ਤੱਕ ਜਿਹੜਾ ਪਾਣੀ ਜਾ ਚੁੱਕਾ ਹੈ। ਔਰ ਇੱਥੇ ਲੋਕ ਜਿਹੜੇ ਨੇ ਵੱਡੀ ਗਿਣਤੀ ਵਿੱਚ ਮੌਜੂਦ ਨੇ, ਹਾਲਾਂਕਿ ਪ੍ਰਸ਼ਾਸਨ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਸੀ ਔਰ ਸਵੇਰ ਤੋਂ ਜਿਹੜਾ ਪਾੜ ਪਿਆ ਉਹਨਾਂ ਨਾਲ ਗੱਲਬਾਤ ਵੀ ਕਰ ਰਹੇ ਨੇ। ਵੀਰ ਜੀ ਕੀ ਘਟਨਾ ਹੋਈ ਸਾਰੀ ਤੇ ਕੀ ਗੱਲਬਾਤ ਹੋਈ ਹੈ? ਘਟਨਾ ਵੀਰ ਜੀ ਕੋਈ ਕਰੀਬ 8 ਵਜੇ ਦੀ ਗੱਲ ਵਾ, ਉਦੋਂ ਥੋੜਾ ਜਿਹਾ ਪਾੜ ਪਿਆ ਇਹਦੇ ਅਸੀਂ ਪ੍ਰਸ਼ਾਸਨ ਨੂੰ ਮਤਲਬ ਕਿ ਫੋਨ ਕੀਤਾ ਤੇ ਪ੍ਰਸ਼ਾਸਨ ਨੇ ਆਉਂਦਿਆਂ ਆਉਂਦਿਆਂ ਨੂੰ ਵੇਖ ਲਓ ਵੀ ਪਾੜ ਜਿਹੜਾ ਵਾਧਾ 100 ਫੁੱਟ ਤੱਕ ਚੱਲ ਗਿਆ ਵਾ। ਪ੍ਰਸ਼ਾਸਨ ਨੇ ਗੇੜਾ ਮਾਰਿਆ ਵੇਖ ਕੇ, ਚਲੋ ਮਾੜਾ ਮੋਟ ਜੋ ਕੀਤਾ ਵੇਖ ਕੇ, ਆਂਦੇ ਨਹੀਂ ਹਾਲੇ ਸਾਡੇ ਤੋਂ ਰੋਕ ਨਹੀਂ ਆਉਣੀ, ਹੁਣ ਇਹਨਾਂ ਨੂੰ ਕੱਲ ਤੇ ਡਿਲੇ ਕਰਤਾ ਉਹਨਾਂ। ਕਿੰਨੇ ਕੁ ਘਰਾਂ ਦਾ ਨੁਕਸਾਨ ਜਿਹੜਾ ਹੋਇਆ ਵੀਰ ਜੀ? ਘੱਟੋ ਘੱਟ ਕੋਈ 250 ਕਿੱਲੇ ਤੋਂ ਉੱਪਰ ਦਾ ਨੁਕਸਾਨ ਹੋ ਚੁੱਕਾ ਵਾ। ਝੋਨਾ ਲੱਗਾ, ਝੋਨਾ ਉਹਦੇ ਚ ਮੰਨ ਲਓ ਵੀ ਤੁਸੀਂ 60% ਝੋਨਾ ਲੱਗ ਚੁੱਕਾ ਹੈ। ਸਾਡੇ ਲੱਗਾ? ਹਾਂਜੀ ਸਾਡੇ ਲੱਗਾ ਸੀ, 19 ਏਕੜ ਸਾਡੇ ਲੱਗਾ ਸੀ ਝੋਨਾ, ਉਹਨਾਂ ਖਾਦ ਖੂਦ ਵੀ ਪਾਤੀ ਜੋ ਯਾਨੀ ਕਿ ਖਤਮ ਹੀ ਹੋ ਗਿਆ ਸਮਝ ਲੋ। ਕੀ ਵੀਰ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਆਪਾਂ, ਔਰ ਤੁਸੀਂ ਲਗਾਤਾਰ ਸਵੇਰ ਦੇ ਇੱਥੇ ਪਹੁੰਚੇ ਹੋ? ਪ੍ਰਸ਼ਾਸਨ ਤੋਂ ਵੀਰ ਜੀ ਮੰਗ ਇਹੀ ਕਰਦੇ ਕਿ ਜੋ ਸਾਡਾ ਨੁਕਸਾਨ ਹੋਇਆ ਉਹਦੀ ਭਰਪਾਈ ਕੀਤੀ ਜਾਵੇ। ਮੰਨ ਲਓ ਕਿ ਅੱਜ ਤੋਂ 25 ਦਿਨ ਪਹਿਲਾਂ ਵੀ ਨਹਿਰ ਟੁੱਟੀ ਸੀ ਤੇ 4 ਦਿਨ ਯਾਨੀ ਕਿ ਹੋ ਗਏ ਇਹਨਾਂ ਨੂੰ, ਕੀ 4 ਦਿਨ ਉਹਨਾਂ ਨੇ ਪਹਿਲਾਂ ਵੀ 4 ਦਿਨ ਲਾਏ ਤੇ ਹੁਣ ਵੀ ਸਵੇਰ ਦੇ 8 ਵਜੇ ਦੇ ਇਹਨਾਂ ਨੂੰ ਕਹਿਣ ਕਿ ਸਵੇਰੇ ਜੇ ਮੌਕੇ ਤੇ ਪਹੁੰਚ ਜਾਂਦੇ ਤਾਂ ਹੋ ਸਕਦਾ ਕਿ ਅਸੀਂ ਵੀ ਨਾਲ ਲੱਗ ਕੇ ਉਹਨਾਂ ਨੂੰ ਕਿ ਆਪਣਾ ਡਿੱਗੀ ਆ ਫਿਰ ਡਿੱਗੀ ਆ ਜੀ। ਹੁਣ ਵੇਖੋ 5-5 6-6 ਫੁੱਟ ਦੀਆਂ ਜਿਹੜੀਆਂ ਕੱਟੀਆਂ ਢੰਗਾਂ ਡਿੱਗਣ ਦੀਆਂ ਜੀ।
ਬਾਕੀ ਸਾਨੂੰ ਮਜਬੂਰਨ ਸੜਕ ਰੋਡ ਜਿਹੜਾ ਜਾਮ ਸਾਨੂੰ ਕਰਨਾ ਪਿਆ ਜੀ ਉੱਥੇ। ਹਾਂ ਆਪਣੇ ਜਿਹੜਾ ਪੱਟੀ ਤੋਂ ਜਿਹੜਾ ਤਰਨ ਤਰਨ ਰੋਡ ਆ ਉਹਨੂੰ ਮਜਬੂਰਨ ਸਵੇਰ ਦਾ ਜਾਮ ਕਰਨਾ ਪਿਆ। ਪ੍ਰਸ਼ਾਸਨ ਆਇਆ ਵਾ, ਬੱਸ ਮੜ ਕੇ ਜਿਸ ਤਰ੍ਹਾਂ ਗੂੰਗ ਨੂੰ ਮਿੱਟੀ ਝਾੜ ਕੇ ਚੜ ਗਏ ਬੱਸ ਗੱਡੀ। ਆਹ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਦੇਣੇ ਕਿ ਲਗਾਤਾਰ ਜਿਹੜੀਆਂ ਢਿੱਗਾਂ ਨੇ ਤੁਸੀਂ ਦੇਖ ਸਕਦੇ ਹੋ, ਇਹ ਡਿੱਗਦੀਆਂ ਪਈਆਂ ਨੇ। ਹਾਲਾਂਕਿ ਬੜੀ ਮੁਸ਼ਕਲ ਦੇ ਨਾਲ ਹੁਣ ਵੀ ਬਚਾਅ ਹੋਇਆ, ਢਿੱਗ ਜਿਹੜੀ ਆ ਇੱਥੇ ਡਿੱਗੀ ਹੈ ਤੇ ਉਹ ਪਾਣੀ ਜਿਹੜਾ ਤੁਸੀਂ ਤਸਵੀਰ ਦੇਖੋ ਲੋਕਾਂ ਦੇ ਘਰਾਂ ਚ ਪੈਲੀ ਚ 250 ਏਕੜ ਦੇ ਕਰੀਬ ਦੱਸਿਆ ਜਾ ਰਿਹਾ ਕਿ ਰਕਬਾ ਜਿਹੜਾ ਹੈ ਖਰਾਬ ਕਰ ਚੁੱਕਾ ਹੈ। ਫਿਲਹਾਲ ਪ੍ਰਸ਼ਾਸਨ ਦਾ ਵੀ ਦਾਅਵਾ ਹੈ ਕਿ ਜਿਹੜੇ ਪ੍ਰਬੰਧ ਨੇ ਕਰ ਦਿੱਤੇ ਗਏ ਨੇ ਔਰ ਨਹਿਰ ਬਣਾਈ ਜਾ ਰਹੀ ਹੈ ਔਰ ਕਿੰਨੇ ਕੁ ਸੱਚਾਈ ਹੈ। ਹਾਲਾਂਕਿ ਕਿਸਾਨਾਂ ਵੱਲੋਂ ਜਿਹੜਾ ਹੈ ਪੱਟੀ ਤੋਂ ਤਰਨ ਤਰਨ ਵਾਲਾ ਰਾਹ ਜਾਣ ਵਾਲਾ ਵੀ ਜਿਹੜਾ ਬੰਦ ਕਰ ਦਿੱਤਾ ਗਿਆ, ਉੱਥੇ ਧਰਨਾ ਲਗਾ ਦਿੱਤਾ ਗਿਆ ਔਰ ਉਹਨਾਂ ਦਾ ਕਹਿਣਾ ਉਨੀ ਦੇਰ ਤੱਕ ਧਰਨਾ ਜਾਰੀ ਰਹੇਗਾ ਜਿੰਨੀ ਦੇਰ ਤੱਕ ਇਹਦਾ ਹੱਲ ਨਹੀਂ ਹੁੰਦਾ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।